बीबी बत्ती नवा शहर देख रहे हो, मैं दिनेशुरी। दोस्तों इस वेले दी वड्डी खबर आ रही है जिथे जमीन विचाले राह नूं लैके दो धरां विच खूनी झड़प हुई है। कईयां चलियां हन एक दूजे ते, कईयां नाल वार कीता है, तेजधार हथियारां नाल वार कीता है। दस दईए इह खबर कस्बा कादियां दे पिंड कालवां तों आ रही है जिथे दो धरां विचकार जमीन विचाले राह नूं लैके खूनी झड़प हुंदी है। कईयां चलदियां ने तेज तार हथियारां नाल एक दूजे ते वार कीता जांदा। इस लड़ाई विच दो धिरां हन जिहदे विच एक गुरमुख सिंह दा परिवार है ते दूजा चरण सिंह दा परिवार है। गुरमुख सिंह ते धर्म कौर दा कहना है कि उन्हां दे ओपोनेंट जिहड़े चरण सिंह हन, कुछ दिन पहलां उन्हां ने उन्हां दी कणक नूं वी अग लगा दित्ती सी, जिस दे चलदे उन्होंने पुलिस नूं शिकायत कीती सी, पर पुलिस ने सुनवाई नहीं कीती। अज उन्हां दा पुत्तर खेतां नूं पाणी लाण जा रहा सी तां दूजी धिर वल्लों उन्हां दे पुत्तर उत्ते हमला कर दिता जांदा है, और वीडियो जिहड़ी है उह थां थां ते वायरल हो रही है, जिस विच नज़र आ रहा है कि दो धिरां विचकार खूनी झड़प हो रही है। एक दूजे ते कईयां नाल वार कीता जा रहा है, एक दूजे ते तेजधार हथियारां नाल वार कीता जा रहा है। खून जिहड़ा आ धरती ते डुलदा होया नज़र आ रहा है, और परिवार का जिहड़ा कहना है कि जेकर पहला सुनवाई हो जाती तो आ हालात ना बनते, ये मंजर ना बनते। पर उधर दूजे पासे पुलिस प्रशासन का कहना है कि तफ्तीश चल रही है और दोषियों को जल्द तो जल्द गिरफ़्तार किया जाएगा। एक बार तस्वीर वाल रुख करते हैं कि किवें ये जिहड़ा झगड़ा होंगे है, रेड़का होंगे है, खूनी झड़प होंगी है, खूनी जंग होंगी है, और किवें एक दूजे ते वार करते हैं। आओ तस्वीर वाल रुख करते हैं। ਇੰਨੀ ਲੜਾਈ ਦੇ ਵਿੱਚ ਮਰਨ ਵਾਲਾ ਹੀ ਕੰਮ ਆ ਜੀ। ਗੁਰਮੁਖ ਸਿੰਘ ਕਿੱਥੋਂ ਦਾ ਰਹਿਣ ਵਾਲਾ? ਕਾਲਵਾਂ ਪਿੰਡ। ਕੀ ਗੱਲ ਹੋਈ ਸਰ? ਗੱਲ ਸਰ ਜੀ ਹੋਈ ਵੀ ਪਹਿਲਾਂ ਸਟਾਰਟਿੰਗ 'ਚ 3 ਮਹੀਨਿਆਂ ਤੋਂ ਸਾਡਾ ਇਲੈਕਸ਼ਨ ਦੇ ਵਿੱਚ ਮਤਲਬ ਸਾਡੀ ਕਾਰਵਾਈ ਕਿਤੇ ਨਹੀਂ ਸੁਣੀ ਗਈ ਥਾਣੇ ਦੇ ਵਿੱਚ। ਅਸੀਂ ਬੜੀਆਂ ਦਰਖਾਸਤਾਂ ਦਿੱਤੀਆਂ, ਐਸ ਐਸ ਸਾਹਿਬ ਆਉਂਦਾ ਇੱਥੇ ਬਦਲ ਜਾਂਦਾ, ਅਸੀਂ ਆਉਂਦਾ ਇਹ ਬਦਲ ਜਾਂਦਾ, ਡਿਪਟੀ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਅਤੇ ਆਹ ਸਾਡਾ ਰਾਹ ਦਾ ਰੌਲਾ, ਸਾਡੀ ਪੈੜੀ ਦੇ ਵਿੱਚੋਂ ਦੀ ਰਾਹ ਸਾਡਾ ਰਾਹ, ਉਹਨਾਂ ਨੇ ਜ਼ਬਰਦਸਤੀ ਧੱਕੇ ਨਾਲ ਬਣਾ ਕੇ ਅਤੇ ਸਾਡੀ ਪੈੜੀ ਦਵਲੀ ਹੈ ਉਹ ਲੰਘ ਨਹੀਂ ਦਿੰਦੇ, ਜਿਹਦਾ ਮੇਨ ਮੁੱਦਾ ਲੜਾਈਦਾ। ਇਹ ਰੋਜ਼ ਲਲਕਾਰੇ ਮਾਰਦੇ ਸੀਗੇ ਅਤੇ ਸਾਨੂੰ ਜੀ ਨਹੀਂ ਦੇਣੇ, ਕੰਮ ਕਰ ਵਾਲੇ ਬੰਦੇ ਆ, ਅਤੇ ਇਹਨਾਂ ਨੇ ਮੁੜ ਕੇ ਕੀਤਾ ਵੀ ਅੱਜ ਵੀ ਮੈਨੂੰ ਗਾਲਾਂ ਕੱਢੀਆਂ ਸਵੇਰੇ। ਫਿਰ ਇਹਨਾਂ ਨੇ ਕਿਸ ਦੀ ਠੇਕੇ ਦੀ ਪੈੜੀ, ਉਹਨਾਂ ਕੋਲ ਅਤੇ ਮੈਥੋਂ ਕਿਸ ਦੀ ਠੇਕੇ ਦੇ, ਉਹਦੇ ਵਿੱਚੋਂ ਇਹਨਾਂ ਨੇ ਕਪੈਨ ਹੀ ਲੰਘਣ ਦਿੱਤੀ ਅਤੇ ਕਣਕ ਨੂੰ ਅੱਗ ਲੱਗ ਗਈ। ਅਸੀਂ ਥਾਣੇ ਕੰਪਲੇਂਟ ਕੀਤੀ, ਅੱਜ 10 ਵਜੇ ਦਾ ਟਾਈਮਿੰਗ ਆ, ਆਉਂਦੇ ਆਓ ਤੁਹਾਨੂੰ ਭਗਵੰਤ ਮਾਨ ਕੋਲ ਮੁਆਵਜ਼ਾ ਦਿਵਾਉਣੇ ਆ। ਇਹਨਾਂ ਨੇ ਸਾਨੂੰ ਮੈਨੂੰ ਸਵੇਰੇ ਗਾਲਾਂ ਕੱਢੀਆਂ, ਇੱਕ ਬੰਦਾ ਮੇਰੇ ਲਾਗੇ ਖਲੋਤਾ ਹੈ। ਕਣਕ ਦੇ ਕਿੰਨੇ ਅੱਗ ਲਾਈ? ਅੱਗ ਇਹਨਾਂ ਹੀ ਲਾਈ ਆ ਜੀ, ਇਹਨਾਂ ਹੀ ਕਣਕ ਮਸ਼ੀਨ ਡੱਕੀ ਹੈਗੀ। ਅਤੇ ਕਿਹਨਾਂ ਨੇ ਨਾਂ ਕੀ? ਚਰਨ ਸਿੰਘ। ਹੋਰ ਕੌਣ? ਉਹਦੇ ਜੋਗਾ ਸਿੰਘ, ਹਰਬੀਰ ਸਿੰਘ, ਇੱਥੇ 4-5 ਮਿੰਟੀ। ਅਤੇ ਉਹ ਮੁੜ ਕੇ ਕੀਤਾ ਵੀ ਅਸੀਂ ਇਹ ਸਾਡੇ ਮੁੰਡੇ ਨੇ ਪਾਣੀ ਲਾਇਆ ਆਪਣੀ ਪੈਲੀ ਦੇ ਵਿੱਚ ਜਵਾਰ ਨੂੰ, ਅਤੇ ਇਹ 4-5 ਬੰਦੇ ਡਾਂਗਾਂ ਲੈ ਕੇ ਚੱਲ ਗਏ ਉਹਦੇ ਵਿੱਚ, ਇਹ ਸਾਡੇ ਮੁੰਡੇ ਨੂੰ ਢਾਹ ਲਿਆ। ਮੈਂ ਭੱਜ ਕੇ ਅਸੀਂ ਘਰੋਂ ਗਏ ਹਾਂ, 2-3 ਜਾਣੇ ਇਹਦੇ ਉੱਤੇ ਪੈ ਕੇ ਇਹਨੂੰ ਮੈਂ ਬਚਾਇਆ ਆਪਣੇ ਮੁੰਡੇ ਨੂੰ। ਹੋਰ ਕਿੰਨੇ ਜਣੇ? ਟੋਟਲ ਕਿੰਨੇ ਜਣੇ ਆਏ ਸੀ? ਉਹ 7-8 ਜਣੇ ਸੀ ਬੰਦੇ ਸੀ ਸਰ, ਬੰਦੇ ਦੇ ਨਾਲ 3 ਬੁੜੀਆਂ। ਹਾਂਜੀ, ਧਰਮ ਤੋਂ। ਕੀ ਗੱਲ ਹੋਈ ਸਰ? ਇਹੋ ਹੀ ਝਗੜਾ ਚੱਲਣ ਡਿਆ ਸੀ ਸਾਡਾ ਟਾਈਮ ਤੋਂ ਹੀ, ਅਤੇ ਉਹ ਕਣਕ ਕੁਣਕ ਦਾ ਸੀ ਅਤੇ ਇਹਨਾਂ ਦਰਖਾਸਤ ਦਿੱਤੀ ਸੀ। ਰਾਹ ਤਾਂ ਝਗੜਾ ਸਾਡਾ ਚਿਰ ਤੋਂ ਹੀ ਚੱਲਣ ਡਿਆ ਵਾ, ਦਰਖਾਸ਼ਾਂ ਹੋਈਆਂ ਸਾਰੇ ਕੰਮ
ਇਹ ਮੁੰਡਾ ਗਿਆ ਪਾਣੀ ਲਾਉਣ ਜਦੋਂ ਪਾਣੀ ਲਾਉਣ ਗਿਆ ਵਾ ਤੈਨੂੰ ਕਦੇ ਨੂੰ ਵੇਖ ਕੇ ਸਾਰੇ ਦੌੜ ਗਏ ਬੁੱਢੀਆਂ ਵੀ ਦੌੜ ਗਈਆਂ ਅਤੇ ਬੰਦੇ ਵੀ ਦੌੜ ਗਏ ਤੇ ਅਤੇ ਜਦੋਂ ਇਹਦਾ ਡੈਡੀ ਜਾਣਾ ਸੀ ਇਹਨੇ ਤਿਆਰ ਹੋਣ ਗਿਆ ਕੋਠੇ 'ਤੇ ਉੱਪਰ ਕੱਪੜੇ ਪਾਉਣ ਇਹਨੇ ਵੇਖਿਆ ਵੀ ਉਹ ਦੌੜ ਗਏ ਆ ਅਤੇ ਇਹਨੇ ਦੱਸਿਆ ਇਹਨਾਂ ਆਖਿਆ ਇਹਨਾਂ ਆਖਿਆ ਮੁੰਡੇ ਵੱਲ ਦੌੜ ਗਏ ਉਹ ਛੇਤੀ ਚਲੋ ਅਸੀਂ ਸਾਰੇ ਜਾਣੇ ਆਏ ਹਾਂ ਸਾਰੇ ਜਾਣੇ ਉਹ ਬੁੱਢੀਆਂ ਵੀ ਨਾਲ ਹੀ ਆ ਗਈਆਂ ਅਤੇ ਬੁੱਢੀਆਂ ਫੜ ਲਿਆ ਇਹ ਹੱਥ ਰੀ ਜਿਹੜਾ ਇਹ ਦਾਤਰ ਮਾਰਨ ਲੱਗਾ ਮੁੰਡੇ 'ਤੇ ਅਤੇ ਮੈਂ ਗਾੜੀ ਹੱਥ ਕਰਤਾ ਅਤੇ ਉਹ ਮੇਰੇ ਹੱਥ 'ਤੇ ਆ ਬਾਂਹ ਆ ਲੱਤ ਇਹ ਸਾਰੇ ਦਾ ਵੱਜ ਗਿਆ ਅਤੇ ਇਹ ਉੱਥੇ ਗਾਏ ਸਾਰੇ ਇੱਥੇ ਹਫ਼ਤੇ ਪਾਈ ਜਦੋਂ ਹੋ ਗਏ ਅਤੇ ਸੱਟਾਂ ਸੁੱਟਾਂ ਸਾਰਿਆਂ ਨੇ ਫਿਰ ਲੱਗ ਗਈਆਂ ਪੱਟੀ ਪੁੱਟੀ ਕੀਤੀ ਗਈ ਹੈ ਕਿ ਨਹੀਂ ਨਾ ਕੁਛ ਨਹੀਂ ਅਜੇ ਤਾਂ ਕੋਈ ਪੱਟੀ ਪੁੱਟੀ ਨਹੀਂ ਕੀਤੀ ਅਜੇ ਤਾਂ ਕੁਛ ਨਹੀਂ ਕੀਤਾ ਇਹ ਨਾ ਇੱਕ ਪਾਸੇ ਤੋਂ ਚਰਨ ਸਿੰਘ ਆ ਅਤੇ ਦੂਜੇ ਪਾਸੇ ਤੋਂ ਗੁਰਮੁਖ ਸਿੰਘ ਆ ਇਹਨਾਂ ਦੇ ਰਾਹ ਨੂੰ ਲੈ ਕੇ ਬੜਾ ਪੁਰਾਣਾ ਰੰਜ ਚੱਲਦੀ ਆ ਰਹੀ ਆ ਅਤੇ ਰਾਹ ਕਰਕੇ ਦੋਵਾਂ ਪਾਰਟੀਆਂ ਦਾ ਆਪਸ ਵਿੱਚ ਮੂਲ ਹੀ ਬਿਨਾਂ ਲੜਾਈ ਝਗੜਾ ਰਹਿੰਦਾ ਸੀ ਅਤੇ ਅੱਜ ਸਾਨੂੰ ਸੂਚਨਾ ਮਿਲੀ ਆ ਵੀ ਗੁਰਮੁਖ ਸਿੰਘ ਅਤੇ ਚਰਨ ਸਿੰਘ ਦੋਵਾਂ ਤਰ੍ਹਾਂ ਦਾ ਆਪਸ ਵਿੱਚ ਲੜਾਈ ਝਗੜਾ ਹੋਇਆ ਵਾ ਜਿਹੜੀਆਂ ਦੋਵੇਂ ਪਾਰਟੀਆਂ ਵਾ ਉਹ ਇਲਾਜ ਲਈ ਆਪੋ ਆਪਣੇ ਇਲਾਜ ਵਾਸਤੇ ਹਸਪਤਾਲ ਦਾਖਲ ਹੋ ਗਈਆਂ ਵਾ ਅਤੇ MLR ਐਕਸਰੇ ਰਿਪੋਰਟਾਂ ਆਉਣ 'ਤੇ ਉਹਨਾਂ ਦੇ ਬਿਆਨ ਲੈ ਕੇ ਜਿਹੋ ਜਿਹੀ ਕਾਰਵਾਈ ਬਣਦੀ ਹੋ ਗਈ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਅਤੇ ਉਹਨਾਂ ਨੂੰ ਜਿਹੜੇ ਮੁਜਰਮ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ।